ਸਾਡੇ ਨਾਲ ਬਹੁਤ ਹਾਸਾ ਹੋਇਆ ਅਸੀਂ ਜਾਣਾ ਸੀਗਾ ਤੇ ਪਰ ਅਸੀਂ ਹੁਣ ਗੱਡੀ 'ਚ ਜਾ ਰਹੇ ਹਾਂ ਫੈਰੀ ਦਾ ਟਾਈਮ ਸੀ 12:40 ਦਾ ਤੇ ਅਸੀਂ 12:30 ਦੇ ਘਰੋਂ ਨਿਕਲੇ ਹਾਂ ਸੋ ਅਸੀਂ ਹੁਣ ਫੈਰੀ ਤੇ ਜਾਣਾ ਹੈ ਜਦੋਂ ਪਾਣੀ ਵਿੱਚ ਮਤਲਬ ਜਦੋਂ ਪਾਣੀ ਵਾਲੀ ਕਿਸ਼ਤੀ ਆਪਾਂ ਪੰਜਾਬੀ 'ਚ ਕਹੀਏ ਤਾਂ ਜਹਾਜ਼ ਛੋਟਾ ਪਾਣੀ ਅਸੀਂ ਆਪਦੇ ਕੋਟ 'ਚੋਂ ਕੱਢ ਕੇ ਉਹ ਗੱਡੀ 'ਚ ਚੱਲੇ ਸੀ ਫਿਰ ਅਸੀਂ ਸੋਚਿਆ ਕਿ ਨਹੀਂ ਹੁਣ ਆਸ ਵਾਰੀ ਤੇ ਚੱਲਦੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਤੁਹਾਡਾ ਸਾਡੇ ਚੈਨਲ ਦੇ ਉੱਤੇ ਤੇ ਅਸੀਂ ਆ ਗਏ ਜੀ ਇੱਕ ਹੋਰ ਬਲੌਗ ਦੇ ਨਾਲ ਤੇ ਅਸੀਂ ਚੱਲੇ ਅੱਜ ਘੁੰਮਣ ਸਨ ਫ੍ਰਾਂਸਿਸਕੋ ਤੇ ਇਧਰਲੇ ਪਾਸੇ ਆ ਯਾਰ ਓਕੇ ਤੇ ਅਸੀਂ ਚੱਲੇ ਆ ਜੀ ਸਨ ਫ੍ਰਾਂਸਿਸਕੋ ਤੇ ਪਹਿਲੋਂ ਅਸੀਂ ਗੱਡੀ 'ਚ ਚੱਲੇ ਸੀਗੇ ਤੇ ਉਹ ਫੈਰੀ ਦਾ ਟਾਈਮ ਸੀਗਾ 2:40 ਦਾ ਤੇ ਉਹ ਆਲਰੇਡੀ ਲੇਟ ਆਈ ਮੀਨ 12:40 ਉਹ 12:40 ਹਾਂ ਸੋ ਅਸੀਂ ਲੇਟ ਹੋ ਗਏ ਆਲਰੇਡੀ 12:30 ਘਰੇ ਹੋ ਗਏ ਸੀਗੇ ਤੇ ਅਸੀਂ ਕਿਹਾ 10-15 ਮਿੰਟ ਜਾਣ ਨੂੰ ਲੱਗਣੇ ਟਿਕਟਾਂ ਲੈਣੀਆਂ ਵਗੈਰਾ ਵਗੈਰਾ ਉਹ ਲੇਟ ਹੋ ਜਾਣਾ ਕੰਮ ਸੋ ਇਸ ਕਰਕੇ ਬਾਏ ਰੋਡ ਜਾ ਰਹੇ ਹਾਂ ਉਦਾਂ ਉਹ ਪਾਣੀ ਵਿੱਚ ਦੀ ਜਾਣਾ ਦੂਜੇ ਸ਼ਹਿਰ ਮਤਲਬ ਛੋਟਾ ਛੋਟਾ ਪਾਣੀ ਵਾਲਾ ਜਹਾਜ਼ ਕਹ ਲਈਏ ਕਿਸ਼ਤੀ ਕਹ ਲਈਏ ਜਿੱਦਾਂ ਤੇ ਓਕੇ ਸੋ ਤੁਹਾਨੂੰ ਪੀਅਰ 39 ਤੇ ਪੀਅਰ 41 ਸੰਦੀਪ ਤੇਰੀਆਂ ਐਨਕ ਇਦਾਂ ਲੱਗਦੇ ਜਿੱਦਾਂ ਨਿਕਾ ਨਿਕਾਲੀਆਂ ਐਨਕ ਲਾਈਆਂ ਹੁੰਦੀਆਂ ਨੋ ਇਟ ਇਜ਼ ਨਾਟ ਮੇਰੀ ਲੱਸੀ ਕਰਦੇ ਆ ਲੱਸੀ ਨਹੀਂ ਕਰਦੇ ਆ ਬੱਚਾ ਪਾਲਟੀ ਸ਼ਨੀ ਓਏ ਗੁੱਸੇ ਹੋਇਆ ਕਿ ਅਸੀਂ ਫੈਰੀ ਤੇ ਨਹੀਂ ਜਾ ਪਾਏ ਬਹੁਤ ਖਿੱਚਿਆ ਹੋਇਆ ਮੁੰਡਾ ਮੇਰਾ ਗੁੱਸੇ ਹੋਇਆ ਹੋਇਆ ਕਿ ਜਹਾਜ਼ ਪਾਣੀ ਵਾਲੇ ਜਹਾਜ਼ 'ਚ ਜਾਣਾ ਸੀਗਾ ਪਰ ਅਸੀਂ ਲੇਟ ਸੀਗੇ ਲੈ ਲੈ ਐਨਕ ਲੈਣ ਕੇ ਉਹ ਦੱਸੀ ਦਾ ਹੁੰਦਾ ਕਿ ਮੈਂ ਐਨਕਾ ਚੱਕਣਾ ਆ ਕਿਉਂਕਿ ਉੱਥੇ ਕਾਫੀ ਸਨ ਪੈਣਾ ਤੇ ਹੁਣ ਚੱਲੇ ਆ ਫਿਰ ਅਸੀਂ ਬਾਏ ਰੋਡ ਗੱਡੀ ਦੇ ਵਿੱਚ ਤੇ ਚਲੋ ਜੀ ਮਿਲਦੇ ਆ ਥੋੜੇ ਰਾਹ ਦੇ ਦ੍ਰਿਸ਼ ਦਿਖਾਵਾਂਗੇ ਲਓ ਜੀ ਕੋਈ ਕੱਪੜੇ ਕੁਪੜੇ ਕੱਪੜੇ ਕੋਈ ਕੱਪੜੇ ਕੁਪੜੇ ਨਹੀਂ ਲੈਣੇ टूर मिस हो गया ਸ਼ਖਸ਼ਾਨ ਪੁੱਤ ਇਦਾਂ ਆ ਸ਼ਿਪ ਸੀਗਾ ਉਹ ਦੇਖ ਲੋ ਹਾਂ ਕਈ ਵਾਰ ਬੰਦੇ ਨੂੰ ਐਕਸਾਈਟਿਡ ਦੇ ਵਿੱਚ ਪਤਾ ਨਹੀਂ ਲੱਗਦਾ ਕਿ ਬੋਲਣਾ ਕੀ ਆ ਤੇ ਸਾਡੇ ਇੱਥੇ ਗਲਾਵਜ਼ ਫੇਰ ਗਈ ਜਾਂਦਾ ਮਾਸਕ ਲੈ ਤੇ ਜਾਣੇ ਆ ਕੱਲ ਨੂੰ ਸਾਡੇ ਇੱਥੇ ਆਹ ਹੈਗਾ ਜੀ ਸਨ ਫ੍ਰਾਂਸਿਸਕੋ ਦਾ ਪੀਅਰ 39 ਅੱਜ ਸੰਡੇ ਆ ਸੰਡੇ ਦਾ ਕਰਕੇ ਮਤਲਬ ਕਾਫੀ ਇੱਥੇ ਰਸ਼ ਆ ਚਲੋ ਵੀ ਚਲੋ ਆ ਜਾਓ ਅੰਦਰ ਅੰਦਰ ਚਲੀਏ ਚਲੋ ਅੰਦਰ ਚਲੇ ਉਹ ਥਾਂ ਥਾਂ ਹੱਥ ਨਾ ਲਾਓ ਪੁੱਤ ਫਿਰ ਉਹੀ ਤੁਸੀਂ ਹੱਥ ਆਪਣੇ ਬੁੱਬੇ ਨੂੰ ਲਾਉਣੇ ਆ ਮਾਸਕ ਲਾਉਣੇ ਪੈਣੇ ਹੁਣ ਮਾਸਕ ਲਾ ਲਈਏ ਹਨਾ ਹਾਸੇ ਹਾਸੇ ਵਾਲੀ ਗੱਲ ਆ ਕਹਿੰਦੀ ਆ ਕਿ ਫ੍ਰੀ ਆ ਹਾਂਜੀ ਜੀ ਅਸੀਂ ਆ ਗਏ ਅੰਦਰ ਤੇ ਸਾਨੂੰ ਲਾਉਣੇ ਪੈ ਰਹੇ ਮਾਸਕ ਹੁਣ ਤੇ ਇੱਥੇ ਕਾਫੀ ਮਤਲਬ ਕਹਿ ਲਓ ਇਹਦਾ ਬੱਚਿਆਂ ਵਾਸਤੇ ਨਾ ਆ ਦੇਖੋ ਕਿੰਨੀ ਕਿਊਟ ਹੈ ਅਸੀਂ ਅੰਦਰ ਵਾਹ ਵਾਕਈ ਸਹੀ ਗੱਲ ਆ ਆ ਕੀ ਸੁਖਸ਼ਾਨ ਕਿੰਨੀਆਂ ਸੋਹਣੀਆਂ ਸੋਹਣੀਆਂ ਫਿਸ਼ਾਂ ਘੁੰਮਦੀਆਂ ਓਏ ਸੁਖਸ਼ਾਨ ਆ ਦੇਖੋ ਇੱਧਰ ਇਹ ਰੀਅਲ ਆ ਪੁੱਤ ਰੀਅਲ ਫਿਸ਼ ਆ ਇਹ ਸੱਚੀ ਮੁੱਚੀ ਦੀਆਂ ਵਾ ਇਹ ਉਹਦਾ ਮੂੰਹ ਟੁੱਟਾ ਹੋਇਆ ਆ ਦੇ ਗੁਰਜਿੰਦਰ ਦੇਖੀ ਉਹ ਤੇ ਨਿਕਲ ਗਿਆ ਪਰ ਇਹਨਾਂ ਦੇ ਇੰਨੀ ਗਲ ਹੈਲੋ ਉਹ ਡਰਦੀਆਂ ਓਏ ਹਾਂ ਆਓ ਨਾ ਓਏ ਦੋ ਦੇ ਜਿਹਦਾ ਪੱਥਰ ਜਾ ਹੁੰਦਾ ਵਾ ਪਰ ਹੈਗੀ ਉਸ ਟਾਈਪ ਦੀ ਆ ਅਸਲੀ ਆ ਅਸਲੀ ਆ ਦੇ ਮੂੰਹ ਲਾਉਂਦੀ ਓ ਮਾਈ ਗੋਡ ਇਟ ਲੁਕਸ ਲਾਈਕ ਅ ਰੌਕ ਹੈ ਨਾ ਗਰੁੱਪ ਬਣਾ ਕੇ ਫਿਸ਼ ਏਦਾਂ ਦੀਆਂ ਹੁੰਦੀਆਂ ਇਕੱਠੀਆਂ ਹੀ ਰਹਿੰਦੀਆਂ ਹਮੇਸ਼ਾ ਆਹ ਇਧਰ ਪੂੰਗ ਸਾਨੂੰ ਤੁਹਾਡੇ ਵਰਗਾ ਪੂੰਗ ਨਿੱਕੇ ਨਿੱਕੇ
ਆ ਹੈਗਾ ਸੈਕਿੰਡ ਟਰਨਲ ਅਸੀਂ ਫਸਟ ਟਰਨਲ ਲੰਘੇ ਆ ਸੀਰਤ ਫਿਸ਼ ਨੂੰ ਟੱਚ ਕਰ ਰਹੀ ਆ ਸੀਰਤ ਜਾਨ ਕਹਿੰਦਾ ਮੈਂ ਵੀ ਕਰਨੀ ਟਿੱਕੀ ਟਿੱਕੀ ਆ ਚਨੇ ਆ ਦੇਖ ਚਨੇ ਆ ਦੇਖੋ ਅਰੇ ਪਾਪਾ ਵੀ ਕਰਦੇ ਓਨਲੀ ਵਨ ਫਿੰਗਰ ਓਹ ਓਹ ਸੁਖਸ਼ਾਂਤ ਤੁਸੀਂ ਵੀ ਕਰੋ ਉਹਦੇ ਚਾਚੇ ਨੇ ਵੀ ਕਰ ਲਈ ਚਲੋ ਕਰ ਲਓ ਤੁਸੀਂ ਵੀ ਡਰਦਾ ਇਹ ਡਰ ਆ ਹੈਗਾ ਜੀ ਸੱਪ ਇੰਡੀਆ ਵਾਲਿਆਂ ਨੇ ਬਹੁਤ ਦੇਖੇ ਹੋਣੇ ਸੱਪ ਇੰਡੀਆ ਵਾਲਿਆਂ ਨੂੰ ਸੱਪ ਦਿਖਾਉਣੀ ਆ ਇੱਧਰ ਕੱਛੂ ਕੰਮਿਆ ਸਾਨੂੰ ਦੇ ਲੈ ਕੱਛੂ ਕੰਮੇ ਪੁੱਤ ਸੁਖਸ਼ਾਂਤ ਇਹਦਾ ਨਾਮ ਕੀ ਹੈ ਸੱਪ ਦਾ ਐਨਾਕੋਂਡਾ ਇਹ ਕਹਿੰਦਾ ਐਨਾਕੋਂਡਾ ਵਾ ਆ ਦੇ ਦੇ ਇੱਧਰ ਗਲੈਰੀ ਆ ਦੇਖਦੇ ਆ ਓਹੋ ਮੈਂ ਇੱਧਰ ਆਣਾ ਉੱਧਰ ਚਲ ਜਾਂਦੀ ਆ ਜਾ ਆ ਜਾ ਇੱਧਰ ਛੱਡ ਦੇ ਵੀ ਆ ਜਾ ਕਹਿੰਦੇ ਹੁੰਦੇ ਸੀ ਨੇ ਕਾਟੋ ਦੇ ਮਾਰੀਏ ਤੇ ਸਾਨੇ ਕਾਟੋ ਪੈਸਾ ਨਿਕਲਦਾ ਸਮਥਿੰਗ ਸਕੂਲ ਟਾਈਮ ਆ ਰਿਮੈਂਬਰ ਕਾਟੋ ਕਾਟੋ ਕਿਹਨੂੰ ਕਿਹਨੂੰ ਪਤਾ ਨਹੀਂ ਕਾਟੋ ਨਹੀਂ ਕਾਟੋ ਕਾਟੋ ਸੰਦੀਪ ਤੂੰ ਲੈਣੀ ਨਹੀਂ ਮੈਂ ਨਹੀਂ ਲੈਣੀ ਅਸੀਂ ਆਈਸਕ੍ਰੀਮ ਲੈਣ ਲੱਗੇ ਆ ਆਈ ਮੀਨ ਮੈਂ ਨਹੀਂ ਖਾਣ ਲੱਗੀ ਇਹੀ ਖਾਣ ਲੱਗੀ ਆ ਸੁਖਸ਼ਾਂਤ ਨੇ ਪਹਿਲਾਂ ਖਾਣੀ ਸੀ ਸੁਖਸ਼ਾਂਤ ਨੇ ਮਨਾ ਕਰ ਦਿੱਤਾ ਉਹ ਕਹਿੰਦਾ ਮੈਂ ਨਹੀਂ ਖਾਣੀ ਨੋ ਵਨ ਮੋਰ ਕੁਕੀਜ਼ ਕ੍ਰੀਮ ਸੌਰੀ ਸੀਰਤ ਲੈ ਚੁੱਕੀ ਸੀਰਤ ਕਿਹੜਾ ਫਲੇਵਰ ਲਿਆ ਤੁਸੀਂ ਸਾਰਿਆਂ ਦੇ ਵਿੱਚੋਂ ਅਸੀਂ ਮੈਂ ਸੁਖਸ਼ਾਂਤ ਨੇ ਟੇਸਟ ਕਰ ਲੈਣਾ ਟੇਸਟ ਕਰ ਲਓ ਸ਼ਾਨੀ ਕੁਲਫੀ 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 ਮੈਨੂੰ ਇਹ ਟੇਸਟੀ ਲੱਗਦਾ ਵਾ ਕੁਕੀਜ਼ ਐਂਡ ਕ੍ਰੀਮ ਓਕੇ ਪੇ ਕਰਦੇ ਤੁਸੀਂ ਓਕੇ ਆ ਜਾਓ ਫਿਰ ਬਹਿ ਕੇ ਖਾਂਦੇ ਆ ਜਾਓ ਚਲੋ ਜੀ ਉੱਪਰ ਚੜ੍ਹ ਜਾਓ ਉੱਪਰ ਪੌੜੀਆਂ ਚੜ੍ਹ ਜਾਓ ਪੌੜੀਆਂ ਅਭੀ ਛੇਰ ਤੇ ਬਹਿਣਾ ਕਾਹ ਤੇ ਬਹਿਣਾ ਫੜੋ 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 ਘੋੜਾ ਦੜਾਓਗੇ ਅਸੀਂ ਚਿਹਰਾ ਤੇ ਬੈਠਾਂਗੇ ਚਿਹਰਾ ਤੇ ਆ ਸਾਡੇ ਲਈ ਦੋ ਚਿਹਰਾ ਵਾ ਵੈਲੈਂਟਾਈਨਾ ਕਾਲੂ ਤੇ ਆਪਾਂ ਦਿਲ ਦੇ ਕੋਲ ਚਲੀਏ ਚਲੋ ਅੱਜ ਦਿਲ ਯਾਰ ਨਹੀਂ ਮੇਰਾ ਦਿਲ ਇੱਥੇ ਆਉਂਦਾ ਅਸੀਂ ਦਿਲ ਦੇ ਅੱਗੇ ਹੋ ਕੇ ਪਿਕਚਰ ਖਿਚਾਉਣ ਲੱਗੇ ਆ ਸਿੰਦਰ ਸਿੰਘ ਕਹਿੰਦੇ ਵੀ ਮੈਂ ਦਿਲ ਤੋਂ ਵੱਡਾ ਵਾ ਮੈਂ ਮੇਰਾ ਦਿਲ ਵੱਡਾ ਆ ਨਹੀਂ ਮੇਰਾ ਦਿਲ ਵੱਡਾ ਠੀਕ ਚਾਹਨੇ ਦਾ ਫੋਟੋ ਦਾ ਦਿਲ ਵੱਡਾ ਹੁੰਦਾ ਔਰਤਾਂ ਦਾ ਬੰਦਿਆਂ ਦਾ ਦਿਲ ਛੋਟਾ ਹੁੰਦਾ ਚਲੋ ਹੁਣ ਇੱਧਰ ਘੁੰਮ ਕੇ ਉਧਰਲਾ ਓਸ਼ਨ ਵੀ ਦਿਖਾ ਦੇ ਇਹ ਜੇਲ ਆ ਇੱਥੋਂ ਦੀ ਸਨ ਫ੍ਰਾਂਸਿਸਕੋ ਦੀ ਆਈਲੈਂਡ ਜੋ ਸੀਗਾ ਬਤਕਾਂ ਜਿਹੜੀਆਂ ਵਿੱਚ ਚੁੰਬੀਆਂ ਮਾਰਦੀਆਂ ਹੁੰਦੀਆਂ
ਇੱਥੇ ਕਾਫੀ ਜਗ੍ਹਾ ਹੈਗੀਆਂ ਸਨ ਫ੍ਰਾਂਸਿਸਕੋ ਦੇਖਣ ਨੂੰ ਪਰ ਰਾਈਟ ਨਾਓ ਅਸੀਂ ਪੀਅਰ 39 ਤੇ ਪੀਅਰ 41 ਤੇ ਗਏ ਹਲੇ ਗਏ ਨਹੀਂ ਅਸੀਂ ਹਲੇ ਪੀਅਰ 39 ਤੇ ਹੀ ਘੁੰਮ ਰਹੇ ਹਾਂ ਸੋ ਲੈਟਸ ਸੀ ਉੱਥੇ ਵੈਕਸ ਮਿਊਜ਼ੀਅਮ ਆ ਹਾਂਜੀ ਵੈਕਸ ਨਾਲ ਸਟੈਚੂ ਵਗੈਰਾ ਬਣੇ ਹੋਏ ਆ ਬਹੁਤ ਵਧੀਆ ਵਾ ਜਾ ਅਸੀਂ ਰਤ ਨੂੰ ਕਾਫੀ ਪਸੰਦ ਆ ਤੇ ਪਾਪਾ ਚਾਚਾ ਚੱਲੀਏ ਬਸ ਬਸ ਛਾਨਾ ਕਹਿੰਦਾ ਝੂਟੇ ਲੈ ਚਾਚਾ ਮਸੀ ਬੋਲਦਾ ਚਾਚਾ ਤਾਂ ਚਾਚੇ ਓ ਚਾਚੇ ਚਾਚਾ ਭੋਰਾ ਨਹੀਂ ਕੋਸਕਦਾ ਲੈ ਮੈਂ ਤੈਨੂੰ ਘੁਮਾਵਾਂ ਗੋਲ ਗੋਲ ਸੁਖਸ਼ਾਨ ਝੂਟੇ ਲੈ ਰਿਹਾ ਪਾਪਾ ਨਾਲ ਝੂਟੇ ਮੈਰੀ ਗੋ ਰਾਉਂਡ ਕਰ ਰਿਹਾ ਕਿੰਨੀ ਫਾਸਟ ਹੋ ਦੇਖ ਲਓ ਜਿਹੜਾ ਆਪਣਾ ਇੰਡੀਆ ਸਟਰੀਟ ਫੂਡ ਹੁੰਦਾ ਸੇਮ ਥਿੰਗ ਸੰਦੀਪ ਪੂਰਾ ਖਾਣਾ ਜਾਂ ਬਾਈਟ ਹੀ ਲੈਣੀ ਆ ਜੇ ਆਪਦਾ ਲੈ ਲਈ ਜੇ ਖਾਣਾ ਵਾ ਤਾਂ ਬਾਅਦ 'ਚ ਫਿਰ ਔਖਾ ਹੁੰਦਾ ਕੰਮ ਕਰ ਸ਼ੁਰੂ ਬਹਿ ਇੱਥੇ ਕਦੇ ਹੋ ਗਏ ਮੇਰੇ ਲਈ ਮੈਂ ਫਿਰ ਪੇ ਕਰਦਾ ਤੂੰ ਫੜ ਲਾ ਮੈਂ ਫਿਰ ਪੇ ਕਰ ਦਿੰਦਾ ਉਹਨੂੰ ਅੱਛਾ ਹੋਰ ਕੀ ਹਾਲ ਚਾਲ ਆ ਤੁਗਾ ਅਸਲੀ ਨਹੀਂ ਗਾ ਨਕਲੀ ਆ ਆ ਦੇ ਆ ਦੇ ਆ ਦੇ ਆ ਦੇ ਆ ਦੇ ਉੱਤੋਂ ਅਰੇ ਬੀਬੀ ਤੇ ਬਰੂਸ ਲੀ ਰਾਈਟ ਹੇਅਰ ਇਹ ਸਾਰੇ ਜਿਹੜੇ ਹੈਗੇ ਆ ਵੈਕਸ ਤੋਂ ਬਣੇ ਹੋਏ ਆ ਸੋ ਤਾਂ ਕਰਕੇ ਇਹਨਾਂ ਨੂੰ ਵੈਕਸ ਮਿਊਜ਼ੀਅਮ ਕਿਹਾ ਜਾਂਦਾ ਦੇਖੋ ਰੀਅਲ ਲੱਗਦੇ ਆ ਲੱਗਦੇ ਹੀ ਨਹੀਂ ਹੈਗੇ ਕਿ ਫੇਕ ਆ ਰਾਈਟ ਹੇਅਰ ਡਾਇਨਾਸੌਰ ਹਾਏ ਏਲੀਅਨ ਸੀ ਸੰਦੀਪ ਉਧਰ ਚਲ ਗਈ ਸਿਰਤ ਸੁਚਨਾ ਦੇ ਇਹ ਕੀ ਕਹਿੰਦੇ ਹੁੰਦੇ ਨੂੰ ਬੇਬੀ ਯੋਦਾ ਜਾਦੂ 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 ਆਹੋ ਜਾਦੂ ਜਾਦੂ ਫਿਲਮ ਕਹਿੰਦੇ ਦੇਖੀ ਜਾਦੂ ਵਾਲੀ ਰਿਤਿਕ ਰੋਸ਼ਨ ਦੀ ਫਿਲਮ ਆ ਜਾਦੂ ਉਹਦੇ ਵਿੱਚ ਜਾਦੂ ਹੁੰਦਾ ਵਾ ਅਮਰੀਕਾ ਦੀ ਕਾਫੀ ਫੇਮਸ ਆਮ ਸ਼ੋਰ ਤੁਸੀਂ ਕਈ ਜਾਣੇ ਜਾਣਦੇ ਹੋਗੇ ਰਿਆਨਾ ਬਿਓਂਸੇ ਇਹਦਾ ਨਾਮ ਹੈਗਾ ਬਿਓਂਸੇ ਸੁਖਸ਼ਾਨ ਲੱਗਾ ਲੱਗਾ ਖੇਡਣ ਮੇਰਾ ਪੁੱਤ ਓ ਉਹ ਸੁਖਸ਼ਾਨ ਦੀ ਹੈਲਪ ਵੀ ਕਰ ਦੋ ਕੋਈ ਜਣਾ ਹੋਰ ਨਿਕਲ ਜਾਂਦੇ ਲੈ ਕੇ ਗੱਡੀ ਉਹ ਏ ਸੁਰਿੰਦਰ ਨੇ ਮਾਰਿਆ ਸ਼ਾਟ ਦੇ ਯੂ ਗੋ ਹੂ ਹੂ ਸੈਕਿੰਡ ਸ਼ਾਟ ਸੈਕਿੰਡ ਸ਼ਾਟ ਪਰੇ ਹੋ ਪਰੇ ਕੱਢ ਲਾ ਕੱਢ ਦੇ ਪਰੇ ਏ ਸੈਕਿੰਡ ਸ਼ਾਟ ਆਲਮੋਸਟ 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 ਮੈਨੂੰ ਪਹਿਲੇ ਹੀ ਪਤਾ ਇਧਰ ਰੇਡ ਰੇਡ ਲੈ ਕੇ ਜਾਉ ਚਾਕੇ ਲੈ ਜਾ ਚਾਕੇ ਪਾ ਦੋ ਬੁੱਤ ਓਬਾਮਾ ਓਬਾਮਾ ਮਾਮਾ ਜਾਂ ਬਾਮਾ ਓਬਾਮਾ ਓਬਾਮਾ ਉਹ ਰੋਜ਼ਾ ਪਾਰਕ ਹੈ ਹਾਂ ਡੂ ਯੂ نو ਹਰ ਅਬਰਾਹਮ ਲਿੰਕਨ ਆਗੋਨਿਆ ਬੈਂਜਾਮਿਨ ਫ੍ਰੈਂਕਲਨ ਆਈ ਬਲੀਵ ਯਾ ਲੈ ਚਾਚੇ ਮੈਂ ਹੈਦਰ ਲੈ Oh my god it looks almost so real like to me chane par ja putt par ta 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 ਚਲੋ ਭੰਗੜਾ ਪਾਓ ਭੰਗੜਾ